ਠੀਕ ਹੀ ਕਿ ਬਕਾਇਆ ਇਹ ਤਾਂ ਤੈਨੂੰ ਪੂਰੀ ਨਹੀਂ, ਚਲੋ ਗੁਜ਼ਾਰਾ ਹੀ ਕਰਨਾ ਠੀਕ ਹੈ। ਵੇਖੋ ਨਾ ਬੇਗਮ ਕੋਲ ਜੁੱਤੀ ਕੋਈ ਨਹੀਂ ਹੈਗੀ ਸੀ, ਵੇਖੋ ਨਾ ਬਿਲਕੁਲ ਟੁੱਟੀ ਹੋਈ ਹੈਗੀ ਸੀ, ਚਲੋ ਚਲੋ ਗੁਜ਼ਾਰਾ ਕਰ ਜਾਏਗੀ ਹੁਣ ਫਿਰ ਲੇਲਾ। ਇੱਕ ਫਰਾ ਦੇ ਉਹਨੇ ਕਿਹੜਾ ਕੁਛ ਕਰਨਾ, ਲੇਲਾ ਲੇਲਾ ਲੇਲਾ, ਚਲੋ ਆ ਜਾਓ, ਚਲੋ ਚਲੋ ਚਲੋ, ਤੇਰੀ ਚਾਹ ਪੀਣੀ, ਵੇਖ ਬਹਿ ਕੇ ਚਾਹ ਪੀ ਲਾ, ਅੱਜ ਤਾਂ ਮੁੱਲ ਵੀ ਬਣਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ, ਸਭ ਸੁਣਨੇ ਵਾਲੋ ਕੋ, ਦੇਖਣੇ ਵਾਲੋ ਕੋ, ਉਮੀਦ ਕਰਤਾ ਹੂੰ ਆਪ ਠੀਕ ਠਾਕ ਹੋ, ਅੱਲਾ ਕੇ ਸ਼ੁਕਰ ਹੈ ਮੈਂ ਵੀ ਠੀਕ ਹੂੰ। ਅੱਜ ਨਏ ਵਲੋਗ ਕੇ ਸਾਥ ਹਾਜ਼ਰ ਹੈ, ਆਏ ਕਾ ਵਲੋਗ ਕਰਤੇ ਹੈ ਸ਼ੁਰੂ। ਸਾਡੇ ਕੋਲ ਅੱਜ ਧੁੰਦ ਕਾਫੀ ਜ਼ਿਆਦਾ ਪਈ ਹੋਈ, ਸੁਬਹ ਸੁਬਹ ਉੱਠਿਆ ਗਿਆ ਅਤੇ ਵੇਖ ਧੁੰਦ ਕਾਫੀ ਜ਼ਿਆਦਾ ਪਈ ਵੀ, ਵੇਖੋ ਕੁਛ ਨਜ਼ਰ ਨਹੀਂ ਆ ਰਿਹਾ ਕਿੰਨੀ ਜ਼ਿਆਦਾ ਧੁੰਦ ਪਈ ਵੀ, ਵੇਖ ਬਹੁਤ ਜ਼ਿਆਦਾ ਧੁੰਦ ਪਈ ਵੀ। ਬੇਗਮ ਝਾੜੂ ਲਾਉਣ ਲੱਗੇ ਹੋਏ ਨੇ, ਸਫਾਈ ਸਫੂਈ ਕਰਨ ਲੱਗੇ ਹੋਏ ਨੇ, ਬੇਗਮ ਝਾੜੂ ਲਾਉਂਦੇ ਨੇ ਅਤੇ ਮੈਂ ਬਾਲ ਨਾ ਅੱਗ, ਕਿਉਂਕਿ ਚਾਹ ਪਕਾਈਏ, ਚਾਹ ਪਕਾ ਕੇ ਅਤੇ ਨਾਸ਼ਤਾ ਮੈਂ ਨਾਲ ਨਾਲ, ਨਾਸ਼ਤਾ ਵੀ ਬੰਦਾ ਰਹਿਣਾ, ਮੈਂ ਚਾਹ ਪਕਾਉਣਾ ਹੈਗਾ ਉਨੀ ਦੇਰ ਨੂੰ। ਬੇਗਮ ਝਾੜੂ ਲਾ ਲੈਣਗੇ ਅਤੇ ਫਿਰ ਰੋਟੀਆਂ ਪਕਾ ਲੈਣਗੇ, ਝਾੜੂ ਲਾ ਲੈਣੇ, ਤੁਹਾਨੂੰ ਪਤਾ ਹੈਗਾ ਹਾਲੇ ਤਾਂ ਕਰਨਾ ਲਪਾਈ ਨਹੀਂ, ਇੱਥੋਂ ਜਿਵੇਂ ਹੋਇਆ ਹੈ ਅਤੇ ਮਿੱਟੀ ਕਾਫੀ ਜ਼ਿਆਦਾ ਆਉਂਦੀ, ਵੇਖੋ ਨਾ ਕਿੰਨੀ ਜ਼ਿਆਦਾ। ਸੁਬਹਾ ਸੁਬਹਾ ਝਾੜੂ ਲਾ ਰਹੀ ਹਾਂ ਉੱਠ ਕੇ ਸਾਰਿਆਂ ਤੋਂ ਪਹਿਲੇ, ਫਿਰ ਇੰਨਾ ਦੁੱਲਰ ਬਣ ਜਾਂਦਾ, ਮਿੱਟੀ ਉੱਡਦੀ ਹੈ ਹੁਣ, ਤਰੇਲ ਪਈ ਨਾਲੇ ਸੁਬਹ ਸੁਬਹ ਝਾੜੂ ਫੇਰਨਾ ਚਾਹੀਦਾ, ਬਰਕਤ ਹੁੰਦੀ ਹੈ ਸਵੇਰੇ ਸਵੇਰੇ। ਲੱਕੜਾਂ ਨੂੰ ਤੂੰ ਮੈਂ ਇਸ ਤਰ੍ਹਾਂ ਕੱਜਿਆ ਸੀ ਕਿਉਂਕਿ ਨਾ ਤਰੇਲ ਪੈਣੀ ਸੀ ਅਤੇ ਗਿੱਲੀਆਂ ਹੋ ਜਾਂਦੀਆਂ ਸੁਬਹ, ਸਾਨੂੰ ਕੰਮ ਨਹੀਂ ਦੇਣੀਆਂ ਫਿਰ, ਕਿਉਂਕਿ ਸਾਡੇ ਕੋਲ ਲੱਕੜਾਂ ਇਹ ਹੀ ਹੈਗੀਆਂ ਨੇ, ਚੁੱਕ ਕੇ ਆਪ ਹੀ ਲਿਆਈ ਦੀਆਂ ਨੇ ਥੋੜ੍ਹੀਆਂ ਜਿਹੀ ਚੁੱਕੀਆਂ ਸੀ ਕੱਲ੍ਹ, ਅਤੇ ਕਿਉਂਕਿ ਬਾਲਣ ਤੁਹਾਨੂੰ ਪਤਾ ਫਿਰ ਹਾਲੇ ਸਾਡੇ ਕੋਲ ਬਜਟ ਦਾ ਹੈ ਨਹੀਂ, ਪੈਸੇ ਪੁਸੇ ਤਾਂ ਆਉਂਦੇ ਨਹੀਂ, ਹਾਲੇ ਤਨਖਾਹ ਤਨਖੂਹ ਤਾਂ ਆਉਂਦੀ ਨਹੀਂ, ਫਿਰ ਇਸੇ ਤਰ੍ਹਾਂ ਗੁਜ਼ਾਰਾ ਕਰ ਰਹੇ ਹੈਗੇ ਹਾਂ। ਅਤੇ ਫਿਰ ਵੀ ਅੱਲਾ ਦਾ ਲੱਖ ਲੱਖ ਸ਼ੁਕਰ ਕਰਨੇ ਆ, ਅੱਲਾ ਨੇ ਜਿਸ ਹਾਲ ਵੀ ਰੱਖਿਆ ਅੱਲਾ ਦਾ ਸ਼ੁਕਰ ਹੈ, ਇਨਸ਼ਾਅੱਲਾ ਦਿਨ ਬਦਲਣਗੇ, ਅੱਲਾ ਦੀ ਉਮੀਦ ਰੱਖਣੀ ਚਾਹੀਦੀ ਬਦਲਣਗੇ। ਕਦੀ ਮੈਂ ਬਾਲਣ ਚੁੱਕਿਆ ਨਹੀਂ ਸੀ, ਜਿਹੜਾ ਮੈਂ ਇੱਥੋਂ ਬਾਲਣ ਚੁੱਕ ਕੇ ਲੈਂਦਾ ਹੈਗਾ ਅਤੇ ਗੁਜ਼ਾਰਾ ਕਰ ਰਿਹਾ ਹੈ, ਅਤੇ ਅੱਲਾ ਦਾ ਫਿਰ ਵੀ ਸ਼ੁਕਰ ਕਰਦੇ ਹਾਂ। ਅਤੇ ਕੁੱਕੜ ਵੀ ਬਾਂਗਾਂ ਦੇਣ ਲੱਗੇ ਹੋਏ ਨੇ, ਉਹਨਾਂ ਨੂੰ ਬਾਹਰ ਕੱਢਣਾ, ਹਾਲੇ ਤਾਂ ਕਰਨੀ ਕੱਢਦਾ ਮੈਂ ਕਹਿੰਦਾ ਠੰਡ ਹੈਗੀ, ਹਾਲੇ ਕੱਜੇ ਰਵਣ, ਕਿਉਂਕਿ ਨਾ ਉੱਤੇ ਮੈਂ ਖੁੱਡੇ ਦੇਣਾ ਕੱਪੜਾ ਦੇ ਦਿੰਦਾ, ਇਹ ਵੇਖੋ ਇਸੇ ਤਰ੍ਹਾਂ, ਇਹ ਤਾਂ ਬਾਬਾ ਸਕੂਨ ਨਾਲ ਬੈਠੇ ਹੋਏ ਨੇ ਵਿੱਚ, ਅਤੇ ਬੈਠੇ ਰਵਣ ਹਾਲੇ ਇੰਜੀ ਸਹੀ ਹੈ। ਅਤੇ ਹੁਣ ਬਾਲੀਏ ਅੱਗ, ਅਤੇ ਬੇਗਮ ਝਾੜੂ ਤਾਂ ਦਿੱਤੀ ਖੱਲੇ ਨੇ, ਇੱਥੇ ਤੀਕਰ ਦੇ ਲਿਆ ਵਗਾਇਆ ਸਾਰੇ ਦਿੱਤਾ ਹੋਇਆ, ਫਿਰ ਇਹ ਹੀ ਸਾਰਾ ਆ ਗਿਆ, ਵੇਖੋ ਸਾਰੇ ਸਫਾਈ ਹੋ ਗਈ। ਅਲਹਮਦੁਲਿਲਾ ਚਾਹ ਵੀ ਉੱਤੇ ਰੱਖੀ ਹੋਈ ਹੈ, ਉਸ ਤੋਂ ਬਾਅਦ ਬੇਗਮ ਝਾੜੂ ਲਾ ਕੇ ਅਤੇ ਆਟਾ ਵੀ ਗੁੰਨਣ ਲੱਗ ਪਏ ਹੋਏ ਨੇ, ਅਤੇ ਇੱਧਰ ਚਾਹ ਵਿੱਚ ਚਾਹ ਵੀ ਪੱਕਦੀ ਪਈ ਹੈ, ਆਹ ਦੁੱਧ ਉੱਤੇ ਰੱਖਿਆ ਇਹਨੂੰ ਬਾਲਾ ਪੈਂਦਾ ਪਾਣੀ, ਅਤੇ ਦੁੱਧ ਇਕੱਠਾ ਪਾ ਕੇ ਰੱਖ ਦਿੱਤਾ, ਹੁਣ ਇਹਦੇ ਚੀਨੀ ਪੱਤੀ ਪਾ ਦਿਆਂਗੇ, ਅਤੇ ਇੱਧਰ ਬੇਗਮ ਆਟਾ ਗੁੰਨ ਲੈਣਗੇ। ਅਤੇ ਹੁਸੈਨ ਵੀ ਰੋਣ ਲੱਗ ਪਏ ਸੀ, ਅਤੇ ਮੱਝੀ ਬਾਹਰ ਚੱਕ ਕੇ ਲੈਂਦੀ ਹੈਗੀ ਅਤੇ ਇਹਨੂੰ ਇੱਥੇ ਪਾ ਦਿੱਤਾ, ਹੁਣ ਪਿਆ ਹੋਇਆ ਮਾਸ਼ਾਅੱਲਾ, ਹੁਣ ਬਿੰਦਾ ਜਿਸਮ ਠੰਡਾ ਹੈਗਾ, ਬੁਖਾਰ ਤੋਂ ਆਰਾਮ ਆ ਗਿਆ, ਵੈਸੇ ਹਾਲੇ ਸੁਸਤੀ ਪਈ ਹੋਈ ਸੀ, ਬੁਖਾਰ ਤੋਂ ਅੱਲਾ ਕੀਤਾ ਆਰਾਮ।
ਅਲਹਮਦੁਲਿਲਾ ਚਾਹ ਪੱਕ ਗਈ ਹੋਈ ਹੈ ਅਤੇ ਹੁਣ ਪਰੌਂਠੇ ਪੱਕ ਰਹੇ ਹੋਏ ਨੇ, ਬੱਚੇ ਵੀ ਉੱਠ ਆਏ ਨੇ, ਸਾਰੇ ਤਿੰਨੇ ਹੀ ਉੱਠੇ ਨੇ, ਫਰੀਦ, ਹੁਸੈਨ, ਅਯਾਨ ਅਤੇ ਬੇਗਮ ਪਰੌਂਠੇ ਵੀ ਬਣਾ ਰਹੇ ਨੇ ਅਤੇ ਸਮੋਗ ਵੀ ਕਾਫੀ ਜ਼ਿਆਦਾ, ਹਾਲੇ ਤੱਕ ਧੁੱਪ ਨਹੀਂ ਨਿਕਲੀ ਅਤੇ ਤਕਰੀਬਨ 8 ਦਾ ਟਾਈਮ ਹੁੰਦਾ ਪਿਆ ਅਤੇ ਧੁੱਪ ਹਾਲੇ ਤੱਕ ਨਹੀਂ ਨਿਕਲੀ ਕਿਉਂਕਿ ਸਮੋਗ ਕਾਫੀ ਜ਼ਿਆਦਾ ਹੈਗੀ ਨਾ, ਅਤੇ ਇਹ ਹਟੇਗੀ ਅਤੇ ਫਿਰ ਹੀ ਧੁੱਪ ਕਿੱਧਰ ਨਿਕਲੇਗੀ, ਹਟਣੀ ਫਿਰ ਹੀ ਇੱਕ ਦੋ ਬਾਰਿਸ਼ ਹੋਏਗੀ। ਬੇਗਮ ਹੁਣ ਅੱਜ ਤਾਂ ਬਣਾ ਰਹੇ ਨੇ ਅਤੇ ਇਹ ਬੱਚਿਆਂ ਨੂੰ ਦਿੱਤੀ ਜੇ ਨਾਲ ਨਾਲ ਹੈਂ ਹਾਂਜੀ ਦੇਣੀ ਲੱਗੇ ਅਲਹਮਦੁਲਿਲਾ ਬੱਚੇ ਨਾਸ਼ਤਾ ਕਰਨ ਲੱਗੇ ਹੋਏ ਨੇ ਅਤੇ ਬੇਗਮ ਬਣਾ ਰਹੇ ਨੇ ਅਤੇ ਮੈਂ ਹੁਸੈਨ ਨੂੰ ਚੁੱਕਿਆ ਹੋਇਆ, ਹੁਸੈਨ ਰੋਣ ਲੱਗ ਪਿਆ ਸੀ ਅਤੇ ਮੈਂ ਇਹਨੂੰ ਚੁੱਕ ਲਿਆ, ਤੂੰ ਵੀ ਨਾਸ਼ਤਾ ਕਰ ਲੈਣਾ ਸੀ, ਹੁਸੈਨ ਬੋਲਦਾ ਹੀ ਨਹੀਂ ਅਤੇ ਬੇਗਮ ਨਾਸ਼ਤਾ ਬਣਾ ਕੇ ਕੱਢਦੇ ਨੇ ਅਤੇ ਫਿਰ ਇਹਨੂੰ ਫੜਾਉਂਦੇ ਹਾਂ ਉਹਨੂੰ ਅਤੇ ਫਿਰ ਨਾਸ਼ਤਾ ਕਰਾਂਗੇ ਆਪ। ਅਲਹਮਦੁਲਿਲਾ ਹੁਣ ਨਾਸ਼ਤਾ ਕਰਦੇ ਪਏ ਹਾਂ, ਇਹੀ ਬੇਗਮ ਕਰਨ ਲੱਗੇ ਹੋਏ ਨੇ, ਨਾਲ ਸਾਗ ਕੱਲ੍ਹ ਪਕਾਇਆ ਸੀ ਮਾਸ਼ਾਅੱਲਾ ਸਾਗ ਵੇਖ ਸਕਦੇ, ਅਤੇ ਮੈਂ ਵੀ ਆਪਦਾ ਰੋਟੀ ਦੇ ਉੱਤੇ ਰੱਖ ਲਿਆ ਹੋਇਆ। ਅਗਰ ਤੁਸੀਂ ਵੀ ਨਾਸ਼ਤਾ ਕਰਨਾ ਉਹ ਮਿਲ ਕੇ ਕਰਨੇ ਆ, ਵਰਨਾ ਨਾਸ਼ਤਾ ਕਰਕੇ ਦੁਬਾਰਾ ਮਿਲਣੇ। ਅਲਹਮਦੁਲਿਲਾ ਨਾਸ਼ਤਾ ਨੁਸ਼ਤਾ ਕਰ ਲਿਆ ਹੋਇਆ, ਹੁਣ ਬੇਗਮ ਖਰਾਰਾ ਸਮੇਟਦੇ ਪਏ ਨੇ, ਖਰਾਰਾ ਕਿਚਨ ਵਿੱਚ ਹੀ ਕਮਰੇ 'ਚ ਚਲੇ ਗਏ ਹੋਏ ਹਾਂ ਕਿਉਂਕਿ ਕਿਚਨ 'ਚ ਚੁੱਲ੍ਹੇ ਲਾ ਦਿੱਤੇ ਗਏ ਨੇ ਅਤੇ ਬੇਗਮ ਬਿਸਤਰੇ ਵਗੈਰਾ ਸਮੇਟ ਕੇ ਰੱਖਦੇ ਪਏ ਨੇ ਇੱਥੇ, ਕਿਉਂ ਕਮਰੇ 'ਚ ਹੀ ਮੰਜੀਆਂ ਪਾ ਲਈ ਹੋਈਆਂ ਨਾ, ਵਿਖਾਲੇ ਇਸ ਤਰ੍ਹਾਂ ਸੈਟਿੰਗ ਕੀਤੀ, ਹਾਲੇ ਦੁਬਾਰਾ ਫਿਰ ਸਾਨੂੰ ਪਿੱਛੇ ਕਰਨਾ ਪੈਣਾ ਕਿਉਂਕਿ ਹਾਲੇ ਪੋਚਾ ਹੋ ਜਾਣਾ ਫਿਰ ਉਸ ਤੋਂ ਬਾਅਦ ਹੋਇਆ। ਅਤੇ ਹੁਸੈਨ ਸਾਨੂੰ ਸਵੇਰੇ ਸਵੇਰੇ ਤਾਂ ਕੀਤੀ ਖੱਲਾ ਰੋਂਦਾ ਹੀ ਬੜਾ ਪਿਆ, ਬੇਗਮਾਰਾ ਨੇ ਅੰਦਰ ਦਾ ਖਰਾਰਾ ਸਮੇਟ ਦਿੱਤਾ ਹੋਇਆ ਅਤੇ ਹੁਣ ਰਹਿ ਗਏ ਹੋਏ ਨੇ ਬਰਤਨ, ਬਰਤਨ ਧੋਣਗੇ ਉਸ ਤੋਂ ਬਾਅਦ ਫਿਰ ਵਿਹਲੇ ਨੇ ਕਿਉਂਕਿ ਸਮੋਗ ਹੀ ਕਾਫੀ ਜ਼ਿਆਦਾ, ਸਮੋਗ ਧੋਂਦੇ ਨਾ ਕਾਫੀ ਜ਼ਿਆਦਾ ਪਈ ਪਈ ਹੈ, ਹੁਣ ਕਿਸੇ ਪਾਸੇ ਲੱਗੇਗੀ ਤਾਂ ਫਿਰ ਵੇਖੋ ਨਾ ਹਾਲੇ ਹੀ ਉਸੇ ਤਰ੍ਹਾਂ ਹੈ ਹੀ, ਅਤੇ 10 ਵਜਦੇ ਪਏ ਨੇ ਅਤੇ ਸਮੋਗ ਹਾਲੇ ਤੀਕਰ ਉਸੇ ਤਰ੍ਹਾਂ ਹੀ ਹੈ, ਘਟੀ ਨਹੀਂ ਅੱਜ ਤਾਂ ਕਾਫੀ ਜ਼ਿਆਦਾ, ਅੱਗੇ ਤਾਂ ਇਸ ਟਾਈਮ ਥੋੜ੍ਹੀ ਜਿਹੀ ਘੱਟ ਜਾਂਦੀ ਸੀ ਅਤੇ ਲੇਕਿਨ ਅੱਜ ਘਟੀ ਨਹੀਂ ਹੈਗੀ। ਬੇਗਮ ਬਰਤਨ ਧੋ ਲੈਣਗੇ ਅਤੇ ਮੈਂ ਲਾਉਣ ਚੱਲਿਆਂਗਾ ਮੋਬਾਈਲ ਚਾਰਜ 'ਤੇ, ਕਿਉਂਕਿ ਬੈਟਰੀ ਲੋਅ ਹੈਗੀ ਅਤੇ ਤਕਰੀਬਨ 16% ਹੈਗੀ ਹੈ ਚਾਰਜ ਕਰ ਲੱਗੀ, ਕਿਉਂਕਿ ਸਾਡੇ ਕੋਲ ਨਾ ਲਾਈਟ ਦਾ ਪਤਾ ਨਹੀਂ ਹੁੰਦਾ, ਲਾਈਟ ਕਿਸ ਟਾਈਮ ਚਲੀ ਜਾਂਦੀ ਹੈਗੀ ਫਿਰ ਜਲਦੀ ਆਉਂਦੀ ਨਹੀਂ, ਚਾਰਜ ਲੈ ਲਿਆ ਅਤੇ ਹੁਣ ਇਹਨੂੰ ਚਾਰਜ 'ਤੇ ਲਾ ਕੇ ਆਉਂਦੇ ਹਾਂ ਤਾਂ ਕਿ ਬੈਟਰੀ ਕੋਈ ਥੋੜ੍ਹੀ ਜਿਹੀ ਚਾਰਜ ਹੋ ਜਾਏ, ਕਿਉਂਕਿ ਬੈਟਰੀ ਤੋਂ ਬਗੈਰ ਤਾਂ ਗੁਜ਼ਾਰਾ ਨਹੀਂ ਹੁੰਦਾ, ਤੁਹਾਨੂੰ ਪਤਾ ਬੈਟਰੀ ਚਾਰਜ ਹੋਏਗੀ ਅਤੇ ਕੋਈ ਕਲਿੱਪ ਬਣੇ ਕਰਨਗੇ। ਅਤੇ ਹੁਣ ਜਾ ਰਿਹਾ ਮੈਂ ਲਾਉਣ ਵਾਸਤੇ ਚਾਰਜ 'ਤੇ ਅਤੇ ਲਾ ਕੇ ਅਤੇ ਫਿਰ ਵਾਪਸ ਆ ਜਾਵਾਂਗੇ, ਤਕਰੀਬਨ 1-2 ਘੰਟੇ ਤੀਕਰ ਲਾ ਲਵਾਂਗੇ ਬੈਟਰੀ ਫੁੱਲ ਹੋ ਜਾਏਗੀ, ਕਿਉਂਕਿ ਚਾਰਜ ਮੈਂ ਚੰਗਾ ਲਿਆ ਇਹਦੇ 3-2 ਘੰਟੇ ਵਿੱਚ ਬੈਟਰੀ ਫੁੱਲ ਹੋ ਜਾਂਦੀ। ਅਲਹਮਦੁਲਿਲਾ ਮੋਬਾਈਲ ਮੈਂ ਲਾ ਲਿਆ, ਨਾਲੇ ਸਾਡਾ ਉੱਥੇ ਕੁਛ ਸਮਾਨ ਪੁਰਾਣਾ ਪਿਆ ਸੀ ਉਹ ਚੱਕ ਕੇ ਲੈਂਦੇ ਪੈ ਗਏ, ਕਿਉਂਕਿ ਪੁਰਾਣੇ ਕੱਪੜੇ ਕੁੱਪੜੇ ਪਏ ਸਨ ਜਿਹੜੇ ਉੱਥੇ ਲਿਆਉਂਦੇ ਸਨ ਸਰਦੀਆਂ ਦੇ, ਉਹ ਬੇਗਮ ਚੈੱਕ ਕਰਨਗੇ ਕੋਈ ਪਾਵਨ ਦੇ ਕਾਬਿਲ ਹੈਗੇ ਨੇ ਕਿ ਨਹੀਂ ਹੈਗੇ, ਨਹੀਂ ਹੈਗੇ ਤਾਂ ਫਿਰ ਉਹਨਾਂ ਨੂੰ ਕਦੇ ਬਿੱਲੇ ਲਾ ਦੇਣ, ਕਿਉਂ ਐਵੇਂ ਨਾ ਖਰਾਰਾ ਪਿਆ ਹੋਇਆ, ਸਾਰੇ ਕੱਪੜੇ ਹੈਗੇ ਨੇ, ਬੋਰਾ ਹੈਗਾ ਸੀ ਇਹ ਵੀ ਬੇਕਾਰ ਹੈ, ਸਾਰੇ ਫਟੇ ਹੋਏ ਨੇ ਕੱਪੜੇ, ਕਿਵੇਂ ਆ ਫਟੀ ਹੋਈ ਨਾ ਕਮੀਜ਼, ਇਸੇ ਤਰ੍ਹਾਂ ਸਾਰੇ ਫਟੇ ਹੋਏ ਕੱਪੜੇ ਹੈਗੇ ਸਨ, ਇਹ ਬੋਰਾ ਐਵੇਂ ਹੀ ਪਾਰ ਦਿੱਤਾ, ਚਲੋ ਇਹਨੂੰ ਕਿਧਰੇ ਵੀ ਰੱਖ ਰੁੱਖ ਲਵਾਂਗੇ ਕੰਮ ਦੇ ਜਾਣਗੇ, ਚਲੋ ਪੁਰਾਣੇ ਨੇ ਵੈਸੇ, ਅਤੇ ਆਹ ਪੁਰਾਣਾ ਕੁਛ ਸਮਾਨ ਹੈਗਾ ਸੀ ਸਾਰਾ ਪੁਰਾਣਾ ਹੀ।
ਸਾਰੀਆਂ ਪੁਰਾਣੀਆਂ ਜੁੱਤੀਆਂ ਜਮ੍ਹਾਂ ਕੀਤੀਆਂ ਹੋਈਆਂ, ਕਿੱਥੇ ਮੈਂ ਕੋਠੀ ਕੰਮ ਕਰਦਾ ਸੀ ਨਾ, ਉਹਨਾਂ ਨੇ ਦਿੱਤੀਆਂ ਹੋਈਆਂ ਨੇ, ਅਤੇ ਬੇਗਮ ਹੁਣ ਚੈੱਕ ਕਰਦੀ ਪਈ ਹੈ ਕਿ ਕੋਈ ਕੰਮ ਦੀ ਆ ਗਈਆਂ ਅਤੇ ਰੱਖ ਲੈਣਗੀਆਂ, ਬਕਾਇਆ ਸੋੜ ਦੇਣਗੇ, ਕਿਉਂਕਿ ਮੈਨੂੰ ਕਿਵੇਂ ਦਿੰਦੇ ਸਨ ਨਾ, ਅਤੇ ਮੈਂ ਘਰ ਲਿਆ ਕੇ ਰੱਖੀਆਂ ਹੋਈਆਂ ਅਤੇ ਇਸਤੇਮਾਲ ਵੀ ਨਹੀਂ ਕਰਦੇ ਸੀ, ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਇਹ ਬੇਕਾਰ ਹੀ ਹੈਗੀਆਂ ਨੇ, ਇਹ ਬੇਕਾਰ ਹੀ ਹੈ, ਕਿਉਂ ਵੇਖੋ ਨਾ ਬੇਕਾਰ ਵੀ ਸਮਾਨ ਬੇਗਮ ਚੁੱਕ ਲਿਆਈਏ, ਇਹ ਭਲਾ ਉੱਥੇ ਸੁੱਟੀ ਆਉਣਾ ਸੀ, ਇੰਨਾ ਕਿਰਾਏ ਭਰਿਆ, ਕੋਈ ਚੱਜ ਦੀ ਸ਼ੈ ਲੈਂਦੀ ਕੋਈ ਨਹੀਂ, ਤੋੜੇ ਪਾ ਦੇ ਕੀ ਕਿਸ ਕੰਮ ਨੇ, ਐਵੇਂ ਸੋੜ ਦੇ, ਵੇਖਣ ਐਵੇਂ ਗੰਦ ਆਪਾਂ ਮਚਾ, ਐਵੇਂ ਪਿਆ ਗੰਦ ਹੀ ਪਿਆ ਰਹਿਣਾ, ਕੋਈ ਚੱਜ ਦੀ ਸ਼ੈ ਨਿਕਲੇ, ਕੋਈ ਚੱਜ ਦੀ ਨਿਕਲਦੀ ਹੈ ਤੇ ਠੀਕ ਹੈ ਕਿ ਬਕਾਇਆ, ਇਹ ਤਾਂ ਤੈਨੂੰ ਪੂਰੀ ਨਹੀਂ, ਚਲੋ ਗੁਜ਼ਾਰਾ ਹੀ ਕਰਨਾ, ਠੀਕ ਹੈ, ਵੇਖੋ ਨਾ ਬੇਗਮ ਕੋਲ ਜੁੱਤੀ ਕੋਈ ਨਹੀਂ ਹੈਗੀ ਸੀ, ਵੇਖੋ ਨਾ ਬਿਲਕੁਲ ਟੁੱਟੀ ਹੋਈ ਹੈਗੀ ਸੀ, ਚਲੋ ਚਲੋ ਗੁਜ਼ਾਰਾ ਕਰ ਜਾਏਗੀ ਹੁਣ, ਫਿਰ ਲੈ ਲਾ ਇਸੇ ਤਰ੍ਹਾਂ ਗੁਜ਼ਾਰਾ ਕਰਨਾ, ਫਿਰ ਬਾਲਾਂ ਦੀ ਕੋਈ ਵੇਲਾ ਨਿਕਲ ਆਵੇ ਤੇ, ਇਹ ਵੀ ਟੁੱਟੀ ਹੋਈ, ਸਾਰੀਆਂ ਟੁੱਟੀਆਂ ਹੋਈਆਂ, ਕੋਈ ਸਹੀ ਹੈ ਹੀ ਕੋਈ, ਇਹ ਵੀ ਬੂਟ ਵੀ ਹੈਗੇ ਸਨ, ਮੈਂ ਤਾਂ ਕਿਹਾ ਸਰ ਜਾਏਗਾ, ਲੇਕਿਨ ਇੱਥੋਂ ਟੁੱਟੇ ਹੋਏ ਨੇ, ਵੇਖੋ ਨਾ ਇਹ ਜਗ੍ਹਾ ਤੋਂ ਟੁੱਟੇ ਹੋਏ, ਇਹ ਵੀ ਟੁੱਟੇ ਹੋਏ ਨੇ ਸਾਰੇ, ਕੰਮ ਦੀ ਕੋਈ ਨਹੀਂ, ਕੋਈ ਵੀ ਜੁੱਤੀ ਨਿਕਲੀ, ਐਂ ਦਿੱਕਦਾ ਪਿਆ ਤਨਖਾਹ, ਤਨਖਾਹ ਸਾਨੂੰ ਕਿ ਸਰਦੀਆਂ ਦੇ ਕੱਪੜੇ ਲੱਗੀ ਹੈ, ਲੇਕਿਨ ਤਨਖਾਹ ਆਲੇ ਨਹੀਂ ਮਿਲਦੀ ਪਈ ਹੈਗੀ, ਪਤਾ ਨਹੀਂ ਕਦੋਂ ਜਾ ਕੇ ਮਿਲਦੀ ਹੈਗੀ, ਅਤੇ ਬੜੇ ਪਰੇਸ਼ਾਨ ਹੈਗੇ ਆ, ਪਤਾ ਨਹੀਂ ਹੁਣ ਕੀ ਬੰਦਾ ਹੈਗਾ, ਅੱਗੋਂ ਸਰਦੀ ਵੀ ਇੱਕਦਮ ਆ ਗਈ ਹੋਈ ਹੈ, ਅਤੇ ਅੱਗੋਂ ਕੱਪੜਾ ਵੀ ਸਰਦੀਆਂ ਵਾਲਾ, ਕੋਈ ਨਹੀਂ, ਅੱਲਾ ਹੀ ਵਾਰਿਸ ਹੈਗਾ, ਅੱਲਾ ਖੈਰ ਕਰੇਗਾ, ਕੋਈ ਨਹੀਂ, ਮਿਹਨਤ ਰੱਖਣੀ ਚਾਹੀਦੀ ਅੱਲਾ 'ਤੇ, ਇਨਸ਼ਾਅੱਲਾ ਜ਼ਰੂਰ, ਕਿ ਅੱਜ ਦਿਨ ਮਾੜੇ ਹੈਗੇ ਨੇ, ਕੱਲ੍ਹ ਇਨਸ਼ਾਅੱਲਾ ਚੰਗੇ ਵੀ ਆਉਣਗੇ, ਮਾੜੇ ਚੰਗੇ ਦਿਨ ਆਉਂਦੇ ਰਹਿੰਦੇ ਨੇ, ਇਹ ਕਦੀ ਪਰਾਏ ਨਹੀਂ, ਅੱਲਾ ਦਾ ਸ਼ੁਕਰ ਅਦਾ ਕੀਤਾ, ਅੱਲਾ ਕੇ ਸਾਲ ਵਿੱਚ ਵੀ ਰੱਖਿਆ, ਅੱਲਾ ਦਾ ਸ਼ੁਕਰ ਹੈਗਾ, ਅਤੇ ਅੱਲਾ ਦਾ ਸ਼ੁਕਰ ਹੀ ਕਰਦੇ ਰਹਿਣਾ ਚਾਹੀਦਾ, ਕਿਉਂਕਿ ਅੱਲਾ ਦੇਣ ਵਾਲਾ ਹੈਗਾ, ਇਨਸ਼ਾਅੱਲਾ ਅੱਲਾ ਜ਼ਰੂਰ ਦੇਗਾ, ਅਤੇ ਅੱਲਾ 'ਤੇ ਮਿਹਨਤ, ਇੱਕ ਨਾ ਇੱਕ ਦਿਨ ਜ਼ਰੂਰ ਅੱਲਾ ਸੁਣੇਗਾ। ਹੁਣ ਚੱਲਿਆ ਹੈਗਾ ਦੂਸਰਾ ਸਮਾਨ ਲੈਣ ਵਾਸਤੇ, ਸਰਦੀਆਂ ਵਾਲੇ ਬਿਸਤਰੇ ਪਏ ਹੋਏ ਨੇ, ਉਹ ਚੱਕ ਕੇ ਲੈਂਦੇ ਹੈਗੇ, ਉਹਨਾਂ ਨੂੰ ਵੇਹਨੇ ਹੈਗੇ, ਇੱਕ ਰੋਜ਼ ਪੈਣੀ ਹੈ ਸਰਦੀਆਂ ਬਿਸਤਰਿਆਂ ਦੀ, ਸਰਦੀ ਯਕਦਮ ਆ ਗਈ ਹੋਈ ਹੈ, ਅਤੇ ਉਹ ਇਸਤੇਮਾਲ ਹੁਣ ਕਰਨੇ ਪੈਣੇ ਨੇ, ਤਾਂ ਮੈਂ ਅੱਜ ਮੈਂ ਨਾਲੇ ਕਿਹਾ ਵੀ ਵਿਹਲਾ ਹੈਗਾ, ਚਲੋ ਇਹ ਤਾਂ ਕੰਮ ਕਰ ਲਈਏ, ਸਮਾਨ ਕਿਹੜਾ ਇੱਥੇ ਲਿਆਉਣ ਵਾਲਾ ਉਹ ਲੈ ਆਈਏ, ਅਤੇ ਹੁਣ ਜਾ ਰਿਹਾ ਮੈਂ ਲੈਣ ਵਾਸਤੇ, ਪੈਦਲ ਹੀ ਜਾਣਾ ਹੁੰਦਾ, ਤੁਹਾਨੂੰ ਪਤਾ ਤਾਂ ਮੋਟਰਸਾਈਕਲ ਹੈ ਨਹੀਂ, ਪੈਦਲ ਹੀ ਲਿਆਉਣਾ ਹੁੰਦਾ, ਸਤਾਦਾਂ ਦੇ ਘਰ ਪਿਆ ਹੋਇਆ ਸਮਾਨ, ਉਹ ਤੋਂ ਚੁੱਕ ਚੁੱਕ ਕੇ ਫਿਰ ਇੱਥੇ ਲੈ ਜਾਂਦੇ ਹਾਂ, ਅਲਹਮਦੁਲਿਲਾ ਬਿਸਤਰ ਬੁਸਤਰੇ ਮੈਂ ਚੁੱਕ ਕੇ ਲਿਆ, ਆਹ ਰੱਖ ਦਿੱਤੇ ਹੋਏ ਨੇ ਬੇਗਮ, ਹੁਣ ਇਹਨਾਂ ਚੈੱਕ ਕਰਦੇ ਨੇ, ਕਿਉਂਕਿ ਅੱਗੋਂ ਜ਼ਰੂਰਤ ਪੈਣੀ ਨਾ ਰਜ਼ਾਈਆਂ ਰਜ਼ੂਈਆਂ ਦੀ, ਅਤੇ ਇਹ ਸਰਾਣੇ ਨੇ, ਉਸ ਤੋਂ ਬਾਅਦ ਕੱਪੜੇ ਕੁਪੜੇ ਨੇ ਮਾੜੇ ਮੁੱਠੇ, ਅਤੇ ਜੁੱਤੀਆਂ ਇਹਦੇ 'ਚ ਵੇਹਨੇ, ਮੈਂ ਵੀ ਆਦੀ ਵੇਖ ਲਵਾਂ, ਕਿਉਂਕਿ ਕੋਈ ਕੰਮ ਦੇ ਜਾਵੇ ਤਾਂ, ਹੈ ਤਾਂ ਸਹੀ, ਲੇਕਿਨ ਇਹ ਇੱਥੋਂ ਟੁੱਟੀ ਹੋਈ, ਇਹ ਵੈਸੇ ਗੁਜ਼ਾਰਾ ਕਰ ਜਾਏਗੀ, ਕੋਈ ਦੋ ਤਿੰਨ ਕੋਈ ਚਾਰ ਦਿਨ ਕੱਢ ਜਾਏਗੀ, ਇੰਝ ਹੀ ਪਾ ਲੈਂਦੇ ਹਾਂ, ਕਿਉਂਕਿ ਇਹ ਨਾ ਬਿਲਕੁਲ ਹੀ ਟੁੱਟੀ ਪਈ ਹੈ, ਵੇਖੋ ਨਾ ਇਹ ਕੀ ਹਾਲਤ ਇਹਦੀ ਹੋਈ ਪਈ, ਇਸ ਤਰ੍ਹਾਂ ਇਹ ਵੇਖ ਸਕਦੇ ਜੀ, ਇਹਦੇ ਨਾਲ ਫਿਰ ਇਹ ਠੀਕ ਹੈ, ਇੰਝ ਪਾ ਲੈਂਦੇ ਹਾਂ, ਥੋੜ੍ਹਾ ਜਿਹਾ ਨਾ ਸੈੱਟ ਕਰਵਾ ਲਵਾਂ, ਇਹ ਤਾਂ ਮੈਨੂੰ ਨਿੱਕੀ, ਲੇਕਿਨ ਗੁਜ਼ਾਰਾ ਕਰ ਜਾਏਗੀ, ਠੀਕ ਹੈ, ਬਸ ਇੰਝ ਇਹਨੂੰ ਪਾ ਲੈਂਦੇ, ਇਸ ਤਰ੍ਹਾਂ ਇਸ ਤਰ੍ਹਾਂ ਪਾ ਲੈਂਦੇ, ਵੇਖੋ ਨਾ ਇਸ ਤਰ੍ਹਾਂ ਪਾ ਲਾਂਗੇ, ਬੇਗਮ ਹੁਣ ਲੱਗੇ ਨੇ ਦੁੱਧ ਗਰਮ ਕਰਨ, ਕੀ ਤੁਸੀਂ ਕਹਿ ਰਹੇ ਜੇ? ਦੁੱਧ ਗਰਮ ਕਰ ਲਓ, ਥੋੜੀ ਚਾਹ ਬਣਾ ਲਓ, ਥੱਕ ਗਿਆ ਹੈਗਾ ਇੰਨਾ ਸਮਾਨ ਟੋ ਟੋ ਕੇ, ਚਾਹ ਤਾਂ ਤੁਸੀਂ ਮੈਨੂੰ ਥੱਕਾ ਕਿਹਾ, ਤੁਸੀਂ ਮੈਨੂੰ ਅੱਗੇ ਕਹਿ ਦੇਣੇ, ਮੈਂ ਬਣਾ ਦੇਣੀ,
ਵੇਖੋ ਨਾ ਸਾਰਾ ਚੈੱਕ ਕਰਨੇ ਆ ਜੁੱਤੀਆਂ ਦੇ ਵਿੱਚੋਂ ਕੋਈ ਜੁੱਤੀ ਕੰਮ ਦੀ ਨਹੀਂ ਨਿਕਲੀ ਹੈਗੀ ਹੈ। ਕੁਛ ਵੇਖ ਉਹਨੇ ਤੋੜੇ 'ਚ ਪਾ ਕੇ ਰੱਖ ਦਿੱਤੀ ਹੋਈਆਂ ਅਤੇ ਕੁਛ ਰਹਿ ਗਈ ਹੋਈਆਂ ਨੇ, ਇਹ ਵੀ ਪਾ ਕੇ ਅਤੇ ਸਾਈਡ 'ਤੇ ਰੱਖਦੇ ਨੇ। ਹੁਸੈਨ ਵੇਖੋ ਕਾਵਾਂ ਨੂੰ ਰੋਟੀ ਪਾਉਣ ਲੱਗਾ, ਪਾ ਦੇ ਕਾਂ ਵੇਖੋ ਮਾਸ਼ਾਅੱਲਾ ਕਿੰਨੇ ਇਕੱਠੇ ਹੋਏ ਕਾਂ ਵੇਖੋ। ਉਹਨੇ ਅੱਗੇ ਪਾਏਗਾ ਤੇ ਫੇਰ ਹੀ ਇਹ ਹਾਂਜੀ ਅਲਹਮਦੁਲਿਲਾ ਬੇਗਮ ਨੇ ਜੋ ਸਮਾਨ ਸਾਰਾ ਸਮੇਟ ਲਿਆ ਹੋਇਆ ਅਤੇ ਹੁਣ ਇਸ ਤੋਂ ਬਾਅਦ ਸਬਜ਼ੀ ਪਕਾਉਣੀ ਹੈਗੀ। ਸਬਜ਼ੀ ਮਕਾਲ ਦੀ ਲਿਆਂਦੀ ਹੋਈ ਹੈ, ਆਲੂ ਬੈਂਗਣ ਸਿਰਫ ਮਸਾਲਾ ਲਿਆਉਣਾ ਹੈਗਾ ਪਕਾਇਆ। ਆਲੂ ਬੈਂਗਣ ਆਏ ਹੋਏ ਨਿਕਾਲ ਦੇ ਪਏ ਹੋਏ, ਸਿਰਫ ਹੁਣ ਲਿਆਉਂਦੇ ਹੈਗੇ ਹਾਂ ਮਸਾਲਾ ਅਤੇ ਅੱਜ ਆਲੂ ਬੈਂਗਣ ਪਕਾ ਲੈਂਦੇ ਹਾਂ। ਅਤੇ ਮੌਸਮ ਵੀ ਅੱਜ ਸਵੇਰ ਦਾ ਹੀ ਠੰਡਾ ਹੈਗਾ, ਧੁੱਪ ਨਿਕਲੀ ਨਹੀਂ, ਵੇਖ ਸਕਦੇ ਜੀ ਕਿੰਨੇ ਨਾਲ ਠੰਡੀ ਹਵਾ ਚੱਲੀ ਹੋਈ, ਅਤੇ ਉਸ ਤੋਂ ਬਾਅਦ ਵੇਖ ਸਕਦੇ ਜੀ ਕਿੰਨਾ ਹੀ ਪਿਆਰ। ਵੈਸੇ ਦੋਨੇ ਇੱਕ ਵਾਰੀ ਘੱਟ ਗਈ ਹੋਈ ਹੈ। ਅਲਹਮਦੁਲਿਲਾ ਮਸਾਲਾ ਹੋਰ ਚੀਨੀ ਪੱਤੀ ਲੈ ਕੇ ਤਾਂ ਮੈਂ ਵਾਪਸ ਜਾ ਰਿਹਾ ਹੈਗਾ, ਕਿਉਂਕਿ ਵਿੱਚੋਂ ਜਾ ਰਿਹਾ ਹੈ ਸਾਡੇ ਜੀ ਪੈਲੀਆਂ ਦੇ ਵਿੱਚੋਂ ਦੀ ਲਾ ਕੇ ਨਾ ਜਾ ਰਿਹਾ ਹੈਗਾ। ਮੈਂ ਕਿਹਾ ਇੱਧਰੋਂ ਦੀ ਨਾ ਸ਼ਾਰਟਕੱਟ ਰਸਤਾ ਹੈਗਾ ਤਾਂ ਇੱਧਰੋਂ ਵਿੱਚੋਂ ਦੀ ਜਾਂਦੇ ਹੈਗੇ ਹਾਂ। ਪੈਲੀਆਂ ਦੇ ਵਿੱਚੋਂ ਮਟਰ ਲੱਗੇ ਹੋਏ ਨੇ ਮਾਸ਼ਾਅੱਲਾ, ਵੇਖ ਸਕਦੇ ਜੀ ਕਾਰਾ ਬੰਨਾ ਬਣਾਇਆ ਲੱਗਣ ਵਾਸਤੇ। ਅਤੇ ਮੈਂ ਕਿਹਾ ਅੱਜ ਇੱਧਰ ਦੀ ਲੱਗ ਜਾਈਏ, ਪਹਿਲੀ ਦਫ਼ਾ ਇੱਧਰ ਦੀ ਲੱਗ ਕੇ ਜਾ ਰਿਹਾ। ਅੱਗੇ ਮੈਂ ਰੋਡ ਵੱਲ ਜਾਂਦਾ ਸੀ ਅਤੇ ਲੇਕਿਨ ਅੱਜ ਵਿੱਚੋਂ ਦੀ ਜਾ ਰਿਹਾ, ਮੈਂ ਜਲਦੀ ਪਹੁੰਚ ਜਾਵਾਂਗੀ। ਅਲਹਮਦੁਲਿਲਾ ਘਰ ਮੈਂ ਪਹੁੰਚ ਚੱਲਿਆ ਹੈਗਾ, ਸਾਹਮਣੇ ਘਰ ਆ ਗਿਆ। ਇੱਧਰ ਬੜਾ ਫਾਇਦਾ ਹੋ ਗਿਆ ਵਿੱਚੋਂ ਦੀ ਆਉਣ ਦਾ ਨਾ, ਬੜਾ ਫਾਇਦਾ ਹੋ ਗਿਆ, ਜਲਦੀ ਪਹੁੰਚ ਗਿਆ ਹਾਂ। ਹੁਣ ਬੇਗਮ ਦਿੰਦੇ ਹਾਂ ਹਾਂਡੀ ਦਾ ਕਰਨ, ਕਿਉਂਕਿ ਟਾਈਮ ਨਾਲ ਕਰ ਲੈਣਾ, ਕਿਉਂਕਿ ਅੱਜ ਸਬਜ਼ੀ ਚਲੋ ਲਿਆਂਦੀ ਹੋਈ ਅਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਦੱਸਿਆ ਸੀ ਕੰਮ ਤਾਂ ਅੱਜ ਆਇਆ ਨਹੀਂ ਕੁਛ, ਚਲੋ ਹਾਂਡੀ ਰੋਟੀ ਟਾਈਮ ਕਰ ਟਾਈਮ ਨਾਲ ਕਰਕੇ ਵਿਹਲੇ ਹੋਈਏ। ਮਸਾਲਾ ਅਤੇ ਚੀਨੀ ਪੱਤੀ, ਚੀਨੀ ਪੱਤੀ ਮਸਾਲਾ ਸਾਰੇ ਹੀ ਆ ਰਹੀਆਂ, ਮਿਰਚਾਂ ਕਾਰੀ ਪਈਆਂ ਨੇ, ਪਕਾ ਲਓ ਟਾਈਮ ਨਾਲ, ਟਾਈਮ ਨਾਲ ਪਕਾ ਲਵੋ ਹਾਂਡੀ ਰੋਟੀ ਕਰ ਲਵੋ, ਕਿਉਂਕਿ ਅੱਜ ਕੰਮ ਤਾਂ ਹੈਗਾ ਕੋਈ ਨਹੀਂ ਸੀ। ਹੈਂ ਬੇਗਮ ਧੋਂਦੇ ਪਏ ਹੁਣ ਸਬਜ਼ੀ, ਕਿ ਕੱਲ੍ਹ ਦੀ ਲਿਆ ਕੇ ਰੱਖੀ ਹੋਈ ਅਤੇ ਉਸੇ ਤਰ੍ਹਾਂ ਹੀ ਪਈ ਹੋਈ। ਇਹ ਬੈਂਗਣ ਮੈਨੂੰ ਲੱਗਦਾ ਇਹ ਖਰਾਬ ਹੋ ਗਿਆ, ਛਾਪਰ ਵਿੱਚ ਪੈ ਰਹੇ ਤੇ ਖਰਾਬ ਹੀ ਹੋਣੇ। ਇਹ ਵੀ ਛੋੜ ਦਿਓ, ਇਹ ਵੀ ਇਹ ਖਰਾਬ ਹੈ, ਛੱਡ ਦਿਓ। ਹਾਂ ਚਲੋ ਇੰਨੇ ਕੁ ਬੜੇ ਨੇ ਬਹੁਤ ਨੇ। ਬੇਗਮ ਪਾਣੀ ਅੱਜ ਠੰਡਾ ਲੱਗ ਰਿਹਾ ਕਿ ਨਹੀਂ? ਹਾਂਜੀ ਲੱਗ ਤਾਂ ਰਿਹਾ ਪਰ ਕੰਮ ਤਾਂ ਕਰਨਾ ਹੀ ਹੈ। ਅਲਹਮਦੁਲਿਲਾ ਕੁਛ ਨਹੀਂ ਹੁੰਦਾ, ਅੱਲਾਹ ਦਾ ਸ਼ੁਕਰ, ਅੱਲਾਹ ਸੋਹਣੇ ਦਾ ਲੱਖ ਲੱਖ ਸ਼ੁਕਰ ਹਰ ਮੌਸਮ ਹੀ ਇਨਸ਼ਾਅੱਲਾ। ਤੈਨੂੰ ਤਾਂ ਨਾ ਗਰਮੀ ਪਸੰਦ ਹੈ ਨਾ ਸਰਦੀ, ਗਰਮੀ ਜ਼ਿਆਦਾ ਪਵੇ ਤੇ ਤੂੰ ਆਨੀ ਹੋਏ ਹੋਏ, ਗਰਮੀ ਬੜੀ ਸਰਦੀ ਆਵੇ, ਤੈਨੂੰ ਤਾਂ ਕੋਈ ਮੌਸਮ ਹੀ ਨਹੀਂ ਪਸੰਦ ਆਉਂਦਾ। ਠੰਡ ਠੰਡ ਵਿੱਚ ਸਕੂਨ ਹੁੰਦਾ, ਗਰਮ ਗਰਮ ਕੱਪੜੇ ਹੋਣ, ਗਰਮ ਜੁੱਤੀ ਹੋਵੇ ਚਲੋ
ਤੇਰੀ ਚਾਹ ਪੀਣੀ ਵੇਖ, ਬਹਿ ਕੇ ਚਾਹ ਪੀ ਲਾ। ਅੱਜ ਤਾਂ ਮੁੱਲ ਵੀ ਬਣਿਆ ਬੈਠਾ। ਚਲੋ 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 ਅੱਗੇ, ਸ਼ਾਬਾਸ਼। ਮੈਂ ਸਬਜ਼ੀ ਧੋ ਕੇ ਲੈ ਆਈ, ਹੁਣ ਮੈਂ ਛਿੱਲਣ ਦੀ ਛਿੱਲਕੇ ਕੱਟ ਕੇ ਮੈਂ ਫਿਰ ਪਕਾਣੀ ਪਕਾ ਕੇ ਬਸ ਫਿਰ ਆਪਣੇ ਭੈਣ ਭਾਈਆਂ ਨੂੰ ਦਿਖਾਵਾਂਗੀ। ਹੁਣ ਆਲੂ ਨਵੇਂ ਹੀ ਲੈਂਦੇ ਸਨ, ਨਵੇਂ ਸਹੀ ਰਹਿੰਦੇ ਹੈਗੇ ਨੇ ਜੀ। ਨਹੀਂ ਕੋਈ ਨਹੀਂ, ਆਲੂ ਪੁਰਾਣੇ ਹੋ ਗਏ, ਨਵੇਂ ਆਲੂ ਤਾਂ ਨਹੀਂ। ਆਲੂ ਹੋਏ ਨਾ ਪੁਰਾਣੇ ਮਿੱਠੇ ਹੁੰਦੇ ਨੇ, ਕੋਈ ਗੱਲ ਨਹੀਂ। ਫਿਰ ਬਸ ਸਹੀ ਹੈ, ਕੱਟੋ ਨਾ ਜਲਦੀ ਕਰੋ। ਸਵੇਰ ਦਾ ਨਾਸ਼ਤਾ ਕੀਤਾ ਤੇ ਭੁੱਖ ਵੀ ਕਾਫੀ ਲੱਗੀ ਖਾਲੀ। ਸੁਬੋ ਨਾਸ਼ਤਾ ਕੀਤਾ ਸੀ, ਉਹਦੇ ਬਾਅਦ ਅਸੀਂ ਰੋਟੀਆਂ ਪਕਾਈਆਂ ਹੀ ਨਹੀਂ, ਬਸ ਆ ਖਰਾਰਾ ਸਮੇਟਾਂ ਤੇ ਲੱਗੇ ਰਹੇ ਹਾਂ। ਅੱਜ ਇਹਦੇ 'ਤੇ ਟਾਈਮ ਲੱਗੀ ਆ, ਲਾ ਲਿਆ ਤੇ ਨਾਲੇ ਦਿਨ ਛੋਟਾ ਜਿਹਾ। ਮੈਂ ਹੁਣ ਦੁਪਹਿਰ ਨੂੰ ਕੀ ਖਾਣੀ, ਸ਼ਾਮ ਨੂੰ ਕਿਹੜੀ ਖਾਵਾਂਗੇ। ਹੁਣ ਬੇਗਮਾਂਡੀ ਬਣਾ ਲੈਣਗੇ ਤੇ ਖਾ ਲਾਂਗੇ। ਨਹੀਂ ਕੁਛ ਕਹਿੰਦਾ, ਕੁੱਕਰ ਤੋਂ ਸਾਰੇ ਚਾਲੂ ਨੇ, ਇਹਨਾਂ ਪਿੱਛੇ ਪੈ ਜਾਂਦਾ ਹੈਗਾ। ਇਹਨੂੰ ਜਾਂ ਦੇ ਦੇਣਾ ਹੈਗਾ ਜਾਂ ਕਿਸੇ ਨਾਲ ਵਟਾ ਲਿਆਉਣਾ ਹੈਗਾ। ਇਹਦਾ ਕੁਛ ਕਰਨਾ, ਕਿਉਂ ਇਹਦਾ ਮੁਰਗੀ ਦੀ ਵਜ੍ਹਾ ਤੋਂ ਨਹੀਂ ਦਿੰਦੇ ਪਏ। ਮੁਰਗੀ ਫਿਰ ਆਂਡੇ ਲਾਉਂਦੀ ਹੈਗੀ ਨਾ, ਇਸ ਵਜ੍ਹਾ ਤੋਂ ਰੱਖੇ ਹੋਏ ਨੇ। ਅਲਹਮਦੁਲਿਲਾ ਹਾਂਡੀ ਉੱਤੇ ਰੱਖੀ ਹੋਈ ਹੈ, ਤੁਹਾਨੂੰ ਇਸ ਕਰਕੇ ਸਾਰਾ ਕੁਝ ਵਿਖਾਇਆ ਸੀ, ਸਾਰਾ ਕੁਝ ਕਿ ਬੇਗਮ ਨੇ ਇਕੱਠਾ ਪਾ ਦਿੱਤਾ ਸੀ। ਤੁਹਾਨੂੰ ਮੈਂ ਦੱਸਿਆ ਸੀ ਮੈਂ ਚੁੱਗਣ ਚਲਾ ਗਿਆ ਸੀ ਬਾਲਣ, ਅਤੇ ਇਸ ਵਜ੍ਹਾ ਤੋਂ ਫਿਰ ਬੇਗਮ ਨੇ ਇਕੱਠਾ ਹੀ ਪਾ ਦਿੱਤਾ ਸਾਰਾ ਕੁਝ। ਹੁਣ ਮਾਸ਼ਾਅੱਲਾ ਬਸ ਤਿਆਰ ਹੋ ਖਾਇਆ ਖਾਲਾ, 5-10 ਮਿੰਟ ਹੈਗੇ ਨੇ, ਥੋੜ੍ਹਾ ਥੋੜ੍ਹਾ ਪਾਣੀ ਹੈ, ਇਹ ਸੁੱਕ ਜਾਂਦਾ ਅਤੇ ਫਿਰ ਸਾਲਣ ਤਾਂ ਹੋ ਜਾਏਗਾ ਤਿਆਰ। ਫਿਰ ਰੋਟੀਆਂ ਪਕਾਉਣੀਆਂ ਨੇ, ਉਹਨਾਂ ਦਾ ਇੰਨਾ ਮਸਲਾ ਕੋਈ ਨਹੀਂ, ਉਹ ਸ਼ਾਮ ਨੂੰ ਪਕਾ ਲਾਂਗੇ, ਕਿਉਂਕਿ ਹਾਲੇ ਕਾਫੀ ਟਾਈਮ ਪਿਆ ਅਤੇ ਸਾਲਣ ਦਾ ਰੋਲ ਆ ਗਿਆ। ਸਾਲਣ ਪਕਾ ਕੇ ਰਾਸਿਆ ਲਿਆ ਇਹਨੇ ਪਾਈ, ਅਤੇ ਉਹਨਾਂ ਕੋਲ ਪਤੀਸਾ ਲਿਆ, ਹੁਸੈਨ ਨੇ ਵੀ ਲਿਆ, ਯਾਨ ਨੇ ਵੀ, ਫਰੀਦ ਨੇ ਵੀ, ਬੇਗਮ ਨੇ ਪਾਈ ਹੈ। ਰਿਆ ਸਨ ਮਾ, ਚਲੋ ਇੱਧਰ ਤਾਂ ਅੱਗੇ ਗੇੜਾ ਇੰਨੀ ਦੂਰੋਂ ਕੱਢ ਕੇ ਆਏ ਨੇ, ਕੋਈ ਥੋੜ੍ਹੇ ਜਿਹੇ ਹਾਂ ਤਾਂ ਹੀ। ਚਲੋ ਪਤੀਸਾ ਲੈ ਲਿਆ, ਪਤੀਸਾ ਵੀ ਮਾਸ਼ਾਅੱਲਾ ਮਜ਼ੇਦਾਰ, ਵੇਖੋ ਨਾ ਬੇਗਮ ਨੇ ਕਿੰਨਾ ਲੈ ਲਿਆ। ਪਾਈ ਅਰੇ ਵੇਖੋ ਕਿੰਨੀ ਦੂਰੋਂ ਮਿਹਨਤ ਕਰੇ ਨਾ, ਕਿੱਥੋਂ ਆਏ ਜੀ, ਵੇਖ ਲਓ ਇੰਨੀ ਦੂਰ ਮਿਹਨਤ ਕਰਦੇ ਫਿਰਦੇ, ਸਾਰਾ ਦਿਨ ਹੀ ਇਸੇ ਤਰ੍ਹਾਂ ਹੁੰਦਾ। ਵੇਖ ਲਓ ਮਿਹਨਤ ਕਰਨੀ ਕਿੰਨੀ ਮੁਸ਼ਕਲ ਹੈਗੀ, ਵੇਖ ਦੱਸ ਸਕਦੇ ਜੀ ਤੁਸੀਂ। ਤੇਲ ਲੱਗਦਾ ਹੈਗਾ, ਉਸ ਤੋਂ ਬਾਅਦ ਆਪ ਆਵਾਜ਼ਾਂ ਲਾਉਂਦੇ ਨੇ, ਆਵਾਜ਼ ਲਾਉਂਦੇ ਨੇ ਵੈਸੇ ਆ ਸਪੀਕਰ ਲੱਗਾ। ਅੱਛਾ ਸਪੀਕਰ ਵੀ, ਕਿੰਨੀ ਕੁ ਦਿਹਾੜੀ ਬਣ ਜਾਂਦੀ ਹੈ? ਚਲੋ ਅੱਲਾ ਦਾ ਸ਼ੁਕਰ ਕਰਨਾ ਚਾਹੀਦਾ, ਮਿਹਨਤ ਹੀ ਕਰਨੀ ਕੋਈ ਵੀ ਹੈਗਾ। ਅਲਹਮਦੁਲਿਲਾ ਸਾਲਨ ਤਿਆਰ ਹੋ ਗਿਆ ਹੋਇਆ, ਅਤੇ ਬੇਗਮ ਨੇ ਹੁਣ ਰੋਟੀਆਂ ਹੀ ਪਕਾਉਣੀਆਂ ਨੇ, ਬਸ ਸਾਲਨ ਤੁਹਾਨੂੰ ਵਿਖਾ ਦਿੰਦੇ ਹਾਂ। ਵੇਖੋ ਮਾਸ਼ਾਅੱਲਾ ਸਾਲਨ ਪੱਕ ਗਿਆ ਹੋਇਆ। ਅੱਜ ਵਾਲੇ ਵਲੋਗ ਦਾ ਇੱਥੇ ਹੀ ਐਂਡ ਕਰਨਾ, ਮਾਨਤ ਫੈਮਿਲੀ ਵਲੋਗ ਨੂੰ ਦਿਓ ਇਜਾਜ਼ਤ, ਆਪਣਾ ਰੱਖਣਾ ਬਹੁਤ ਬਹੁਤ ਖਿਆਲ, ਅੱਲਾ ਹਾਫਿਜ਼।